ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਔਰ ਸਲਾਮ ਜੀ ਹੋਸਨਾ ਸਾਰਿਆਂ ਦਾ ਕੀ ਹਾਲ ਚੱਲਾ ਜੀ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਜੀ ਆਪਣੇ ਘਰ ਵਿੱਚ ਸੇਫ ਤੇ ਸੁਰੱਖਿਤ ਹੋਵੋਗੇ ਤੇ ਬਹੁਤ ਦਿਨਾਂ ਦੀ ਜੀ ਗੱਲ ਚੱਲ ਰਹੀ ਹੈ ਟਿਕਟੌਕ ਤੇ ਸੋਸ਼ਲ ਮੀਡੀਆ ਤੇ YouTube ਤੇ ਆ ਜਿਹੜਾ ਬੋਨਸ ਦੋਨੇ ਲਈ ਆਇਆ 500 ਤੋਂ 1000 ਜੁਰਦਾ ਜੋ ਕਿ ਹੈਗਾ ਇਹ ਵਾਲਾ ਮੈਂ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਜੀ ਸਾਫ਼ ਸਾਫ਼ ਕਲੀਅਰ ਕਰਨਵਾਇਆ ਜੀ ਕਿ ਕੋਈ ਬੋਨਸ 500 ਤੋਂ 1500 ਜਿਹੜੀ ਜਿਹੜੀ ਹ ਤੱਕ ਨਹੀਂ ਹੈਗਾ ਜੀ। ਇਹ 1000 ਨਹੀਂ ਹੈਗਾ 1050 ਤੱਕ ਕੋਈ ਨਹੀਂ ਹੈਗਾ ਜੀ ਕੋਈ ਤੁਹਾਨੂੰ ਪੈਸੇ ਨਹੀਂ ਮਿਲਣੇ। ਇਹ ਜਿਹੜਾ ਐਕਚੁਅਲੀ ਜਿਹੜਾ ਬੋਨਸ ਹੈ ਇਹ। ਇਹ ਬੋਨਸ ਦੱਸਣ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਕਿ ਤਿੰਨ ਤਰ੍ਹਾਂ ਦੇ ਬੋਨਸ ਹੈ ਜੀ ਜਿਹਦੀ ਗੱਲ ਚੱਲ ਰਹੀ ਹੈ ਬੋਨਸ ਕਾਜ਼ਾ ਲਿੰਗੇ ਦੋਨੇ ਕਾਜ਼ਾ ਲਿੰਗੇ। ਬੋਨਸ ਦੋਨੇ ਸੈਂਸ ਵਾਲਾ ਹੋਰ ਤੇ ਬੋਨਸ ਦੋਨੇ ਦਿਜੂਗੂ ਪਾਤੇ। ਇਸ ਵੀਡੀਓ 'ਚ ਮੈਂ ਤੁਹਾਨੂੰ ਤਿੰਨੇ ਡਿਟੇਲ ਵਿੱਚ ਦੱਸਾਂਗਾ ਜੀ। ਕੀ ਕੀ ਨੇ ਸਭ ਤੋਂ ਪਹਿਲਾਂ ਤਾਂ ਇਹ ਮੇਨ ਜਿਹੜਾ ਬੋਨਸ ਚੱਲ ਰਿਹਾ ਸੀਗਾ ਗੱਲ ਚੱਲ ਰਹੀ ਸੀ 500 ਤੋਂ 1000 ਰੁਪਇਆ ਜਰੋ ਤੱਕ ਉਹਦੀ ਗੱਲ ਕਰ ਲੈਣੇ ਆ ਜੀ ਇਹ ਹੈ ਕੀ ਹੈ ਜੀ ਸਾਫ਼-ਸਾਫ਼ ਤੁਹਾਡੇ ਅੱਖਰਾਂ 'ਚ ਦੱਸ ਦਿੰਨਾ ਮੈਂ ਆਪਣੇ ਕੋਲ ਕੁਝ ਨਹੀਂ ਦੱਸ ਰਿਹਾ ਤੁਹਾਡੇ ਸਾਹਮਣੇ ਆ ਰਿਹਾ ਇਹ ਪੜ੍ਹ ਲਓ ਤੁਸੀਂ ਠੀਕ ਹੈ ਜੀ ਕਿ IMS ਵੱਲੋਂ ਦਿੱਤੇ ਜਾਣੇ ਨੇ ਇਹ ਪੈਸੇ ਹਾਂਜੀ ਦਿੱਤੇ ਜਾਣੇ ਨੇ ਲੇਕਿਨ ਇਹ ਹੈ ਕਿੜਾ ਬੋਨਸ ਹੈ ਬੋਨਸ ਦਾ ਰਿਐਲਿਟੀ ਵਿੱਚ ਨਾਮ ਕੀ ਹੈ ਜੀ ਤੁਹਾਡੇ ਸਾਹਮਣੇ ਇੱਥੇ ਆਊਗਾ ਜੀ ਆ ਦੇਖੋ per ottenere tali benefici economici pertanto richiedere l'ISE corrente quindi sanu ise chahidi ji 9360 euro di e bonus len layi theek hai ji je kalla banda te 500 euro miluga te je family member zyada ne te maximum 1000 te 50 tak mil sakde ne lekin mudke asi apne topic te wapas aaiye fornire aggiornamento sulle attuali condizioni retuali matlab kiton ise banani pugi ji nawi ਤੇ ਇਹ ਲੇਟੈਸਟ ਇਸੇ ਬਣਾ ਕੇ ਰਿਕੇਦਰ ਇਲ ਮੀਨਗਲ ਜਾਦਰਖਾਨੀ ਰੈਯਤ ਉਹਦੀ ਚੇਤਨ ਅਨਸਾ ਮਤਲਬ ਕਿ ਇਹ ਬੋਨਸ ਕੋਈ ਬੋਨਸ ਦੋਨੇ ਸੰਸਾ ਲਾ ਬੋਰ ਨਹੀਂ ਹੈਗਾ ਜੀ ਇਹ ਬੋਨਸ ਹੈਗਾ ਜੀ ਇਲ ਰੈਯਤ ਉਹਦੀ ਚੇਤਨ ਅਨਸਾ ਰੈਯਤ ਉਹਦੀ ਚੇਤਨ ਅਨਸਾ ਬੋਨਸ ਦਾ ਨਾਮ ਹੈ ਜੀ ਹੋਰ ਕੋਈ ਬੋਨਸ ਨਹੀਂ ਵੱਖਰਾ ਬੋਨਸ ਨਹੀਂ ਹੈਗਾ ਜੀ ਇਹ ਇਹ ਰੈਯਤ ਉਹਦੀ ਚੇਤਨ ਅਨਸਾ ਹੀ ਆ ਠੀਕ ਹੈ ਜੀ ਇਹ ਸਾਰਿਆਂ ਨੂੰ ਪਤਾ ਕਿ ਰੈਯਤ ਉਹਦੀ ਚੇਤਨ ਅਨਸਾ ਹੈ ਆ ਨਵੀਂ ਸੌਰੀ ਕਹਿਣਾ ਸੀਗਾ ਸਾਰਿਆਂ ਨੂੰ ਪਤਾ ਕਿ ਰੇਈ ਤੋਂ ਜਿਤਾਈ ਨਾਂਸਾ ਕੀ ਹੈ ਤੇ ਰੇਈ ਤੋਂ ਜਿਤਾਈ ਨਾਂਸਾ ਦਮੰਦਾ ਇਹਦੀ ਮੈਂ ਵੀਡੀਓ ਵੱਖਰੀ ਬਣਾਈ ਹੋਈ ਹੈ ਜੀ ਰੇਈ ਤੋਂ ਜਿਤਾਈ ਨਾਂਸਾ ਹੈ ਕੀ ਹੈ ਜੀ ਤੇ ਇਹਦਾ ਦਮੰਦਾ ਵੀ ਉਹਦੇ ਵਿੱਚ ਮੈਂ ਦੱਸਿਆ ਹੈ ਕਿੱਥੇ ਤੁਸੀਂ ਕਰ ਸਕਦੇ ਆ ਕਾਫੇ ਵਿੱਚ ਕਰ ਸਕਦੇ ਆ ਜਾਂ ਇਮਸ ਦੀ ਸਾਈਟ ਤੇ ਆਨਲਾਈਨ ਜਾ ਕੇ ਕਰ ਸਕਦੇ ਹੋ ਇਹਦੀ ਰਿਕੁਆਇਰਮੈਂਟਸ ਜੋ ਹੈਗੀਆਂ ਨੇ ਉਹ ਮੈਂ ਦਿੱਤੀਆਂ ਹੋਈਆਂ ਜੀ ਉਸ ਵੀਡੀਓ ਵਿੱਚ ਤੁਸੀਂ ਮੇਰੀ ਵੀਡੀਓ ਜਾ ਕੇ ਚੈੱਕ ਕਰ ਸਕਦੇ ਹੋ ਹੁਣ ਅੱਗੇ ਅੰਨੇ ਆ ਜੀ ਇਹ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਬੋਨਸ ਕਲੀਅਰ ਹੋ ਗਿਆ ਹੋਵੇਗਾ ਜੇ ਕਲੀਅਰ ਹੋਇਆ ਹੈ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਜੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਹੁੰਦੀ ਆਂਦੀ ਹੁੰਦੀ ਹੈ ਅੱਗੇ ਅਸੀਂ ਆਨੇ ਆ ਜੀ ਬੋਨਸ ਦੋਨੇ ਦੇਜੂ ਕੋ ਪਾਤੇ ਠੀਕ ਹੈ ਜੀ ਇਹਦੀ ਵੀ ਗੱਲ ਬਹੁਤ ਚੱਲੀ ਸੀਗੀ ਇਹ ਬੋਨਸ ਹੈ ਕੀ ਹੈ ਜੀ ਜਿਹੜੇ ਨਵੇਂ ਨਰਮਾਤੀਵੇ ਨਵੇਂ ਰੈਗੂਲੇ ਆਏ ਨੇ ਸਰਕਾਰ ਨੇ ਦਿੱਤੇ ਨੇ ਨਵੇਂ ਰੈਗੂਲੇ ਉਹ ਇਹ ਹੈ ਕਿ ਜਿਹੜੇ ਲੇਡੀਜ਼ 50 ਸਾਲ ਤੋਂ ਉੱਤੇ ਨੇ ਉਹ ਵੀ ਲਿਖਿਆ ਹੋਇਆ ਇੱਥੇ ਮੁੰਸਤੇ ਤੋਂ ਦੋਨੇ ਤਿਸ ਗੁਪਾ ਤੇ 50 ਸਾਲ ਤੋਂ ਉੱਤੇ ਹੋਣ ਮਿਨਿਮ 50 ਸਾਲ ਦੀ ਏਜ ਹੋਣੀ ਚਾਹੀਦੀ ਹੈ ਉਹ ਮੈਂ ਕਿੱਥੇ ਪੜਿਆ ਸੀਗਾ ਇੱਥੇ ਨਹੀਂ ਲਿਖਿਆ ਹੋਇਆ ਤੇ ਜਿਹੜੇ ਸਾਊਥ ਇਟਲੀ ਵਿੱਚ ਰਹਿੰਦੇ ਨੇ ਉਹ ਮਿਨਿਮ 6 ਮਹੀਨੇ ਤੋਂ ਕੰਮ ਨਾ ਕਰ ਰਹੇ ਹੁਣ ਤੇ ਜਿਹੜੇ ਬਾਕੀ ਇਟਲੀ ਵਿੱਚ ਰਹਿੰਦੇ ਨੇ ਉਹ ਮਿਨ ਘੱਟੋ ਘੱਟ 24 ਮਹੀਨੇ ਤੋਂ ਕੰਮ ਨਾ ਕਰ ਰਹੀਆਂ ਹੁਣ ਲੇਡੀਜ਼ ਓਵਰ 50 ইয়ার্স ਠੀਕ ਹੈ ਜੀ ਉਹਨਾਂ ਲਈ ਸਰਕਾਰ ਨੇ ਜਿਹੜੇ ਮਾਲਕ ਉਹਨਾਂ ਨੂੰ ਹਾਇਰ ਕਰਨਗੇ ਮਤਲਬ ਕੰਮ ਤੇ ਰੱਖਣਗੇ ਉਹਨਾਂ ਨੂੰ 100% 101% सॉरी 100% 100% ਜਿਹੜੀ ਕੁੰਤਰੀ ਬੁਤੀ ਹੈ ਜੀ ਉਹ ਮੁਆਫ ਹੋਊਗੀ ਠੀਕ ਹੈ ਜੀ ਉਹਨਾਂ ਨੂੰ ਕੁੰਤਰੀ ਬੁਤੀ ਨਹੀਂ ਦੇਣੀ ਪਊਗੀ ਜਿਹੜੇ ਦੇਜਗੁਪਤ ਦੋਨਾਂ ਨੂੰ ਹਾਇਰ ਕਰਨਗੇ ਕੰਮ ਤੇ ਰੱਖਣਗੇ ਠੀਕ ਹੈ ਜੀ ਆਸ ਕਰਦਾ ਕਿ ਇਹ ਵੀ ਕਲੀਅਰ ਹੋਇਆ ਹੋਇਆ ਤੁਹਾਨੂੰ ਤੇ ਹੁਣ ਅਸੀਂ ਆਨੇ ਆ ਜੀ ਜਿਹੜਾ ਆਪਣਾ ਬੋਨਸ ਕਾਜ਼ਾ ਲਿੰਗਿਆ ਠੀਕ ਹੈ ਜੀ Bonus casalinghe. Il bonus casalinghe è un credito che serve per seguire i corsi di formazione rivolti alle casalinghe casa in via prioritaria e in subordine ai casalinghe. Lo scopo è aiutare le donne che si trovano fuori dal circuito lavorativo e... ਪਰਤਾਂਤੋ ਸੋਨ ਐਸਕਲੂਸਾ ਐਸਕਲੂਸੇ ਦਾ ਪੋਸਿਬਿਲਿਤਾ ਦੀ ਅੱਜੋਰਨਾਮੈਂਟੋ ਪ੍ਰੋਫੈਸ਼ਨਾਲੇ ਐਡ ਇੰਪੀਗੋ ਇਲ ਯੂਮੇਨਿਕ ਕੇ ਸਵੋਰਗੁਨਾ ਟਿਵਿਤਾ ਟੁਮੇਸਟਿਕੇ ਸਰਕਾਰ ਬਨੋ ਇੱਕ ਇਹ ਬੋਨਸ ਜਿਹੜਾ ਲਿਆਇਆ ਗਿਆ ਸਾਹਮਣੇ ਇਹ ਹੈ ਕੀ ਹੈ ਜੀ ਕੀ ਇਹ ਤੁਹਾਨੂੰ ਕੋਈ ਫਿਜ਼ੀਕਲੀ ਜਿਹੜੀ ਤੁਹਾਨੂੰ ਕੈਸ਼ ਮਨੀ ਨਹੀਂ ਮਿਲੂਗੀ ਜੜੀਆਂ ਲੇਡੀਜ਼ ਕਦੇ ਕੰਮ ਨਹੀਂ ਕੀਤਾ ਤੇ ਕਾਜ਼ਾ ਲਿੰਗੇ ਦਾ ਹੀ ਕਦੀ ਹਮੇਸ਼ਾ ਕੰਮ ਕਰਦੇ ਰਹੇ ਨੇ ਉਨਾਂ ਲਈ ਕੋਰਸ ਲਿਆਏਗੇ ਨੇ ਕੋਰਸ ਤੁਹਾਨੂੰ ਕਰਾਏ ਜਾਣਗੇ ਜਿਹੜਾ ਤੁਸੀਂ ਕੋਰਸ ਕਰਨਾ ਚਾਹੁੰਦੇ ਹੋ ਆਪਣੇ ਕਮੂਨੇ ਵਿੱਚ ਜਾ ਕੇ ਤੁਸੀਂ ਇਹਦੀ ਇਨਫੋਰਮੇਸ਼ਨ ਲੈ ਸਕਦੇ ਹੋ ਕਿ ਤੁਸੀਂ ਕਿਹੜਾ ਕੋਰਸ ਕਰ ਸਕਦੇ ਹੋ ਠੀਕ ਹੈ ਜੀ ਕੋਰਸ ਕਰਾਏ ਜਾਣਗੇ ਕੋਰਸ ਵਿੱਚ ਜਿਹੜੀ ਸਰਕਾਰ ਹੈ ਉਹਨੇ ਕੀ ਕਹਿੰਦੇ ਆ ਉਹ ਕਮੂਨੇ ਵੱਲੋਂ ਪੈਸੇ ਦਿੱਤੇ ਆ ਸਰਕਾਰ ਵੱਲੋਂ ਕੋਮੇ ਫੰਕਸਿਓਨਾ ਇਲ ਬੋਨਸ ਕਾਜ਼ਾਲਿੰਗੇ ਇਲ ਜਿਹੜਾ ਕਾਜ਼ਾਲਿੰਗੇ ਬੋਨਸ ਆ ਉਹ ਕਿਦਾਂ ਕੰਮ ਕਰਦਾ ਆ ਇਲ ਬੋਨਸ ਕਾਜ਼ਲਿੰਗੇ ਨੋਨ ਐ ਉਨ ਆਯੂਟੋ ਇਕਨੋਮਿਕੋ ਕੋਮੇ ਇਲ ਬੋਨਸ 600 ਓ ਮਿਲੀਓਰੋ ਪਰ ਲੈ ਪਾਰਟੀਤੇ ਉਲਾਵੋਰ ਟ੍ਰੀ ਓਟੋਨੋਮੀ ਜਿਹਦਾ ਤੁਮ ਮੈਂ ਪਹਿਲੇ ਕਹਿਆ ਸੀ ਕਿ ਜਿਹੜਾ ਬੋਨਸ ਕਾਜ਼ਾਲਿੰਗੇ ਆ ਉਹ ਇਕਨੋਮਿਕਲੀ ਹੈਲਪ ਨਹੀਂ ਹੈ ਜਿੱਦਾਂ ਜਿਹੜਾ 600 ਯੂਰੋ ਆਇਆ ਸੀਗਾ ਜਾਂ 1000 ਯੂਰੋ ਆਇਆ ਸੀਗਾ ਉਦਾਂ ਦਾ ਕੋਈ ਬੋਨਸ ਨਹੀਂ ਹੈ ਇਹ ਬੇਨਫੀਸ਼ੀਅਰੀ ਨੋ ਨਰੇਸੀਵਰਨੋ ਉਨਾ ਸੋਮਾ ਇਨ ਡੇਨਾਰੋ ਜਿਦਾ ਕਿ ਮਕਿਆਰੇ ਅਸੇ ਕਿ ਜਿਹੜੇ ਜਿਨਾਂ ਨੇ ਇਹ ਬੋਨਸ ਲੈਣਾ ਹੈ ਉਹਨਾਂ ਨੂੰ ਪੈਸੇ ਨਹੀਂ ਮਿਲਣਗੇ ਕੈਸ਼ ਵਿੱਚ ਬਲ ਮਾਂ ਅਨੋ 600 ਆ ਕੋਰਸ ਦੀ ਫਾਰਮਾਸ਼ਨ ਇਨ ਗ੍ਰਾਤੂਇਤੀ ਐ ਓਪੋਰਟੁਨਿਤਾ ਇਨ ਅੰਬੀਟੋ ਕਲਚੁਰਾਲੇ ਐ ਲਾਵਰਾਟਿਵੋ ਜਿਦਾ ਕਿ ਤੁਹਾਨੂੰ ਮੈਂ ਪਹਿਲੇ ਦੱਸ ਰਿਹਾ ਸੀਗਾ ਜੀ ਕਿ ਕੈਸ਼ ਨਹੀਂ ਮਿਲੂਗਾ ਲੇਕਿਨ ਜਿਹੜੇ ਫ੍ਰੀ ਕੋਰਸ ਉਹਨਾਂ ਨੂੰ ਕਰਾਏ ਜਾਣਗੇ ਠੀਕ ਹੈ ਜੀ ਹੁਣ ਕਿਹੜੇ ਕਿਹੜੇ ਨੇ ਇਹ ਮੈਨੂੰ ਆਪ ਨਹੀਂ ਪਤਾ ਇੱਥੇ ਥੱਲੇ ਆ ਰਿਹਾ ਹੈ Come <coughs> bonus dell'ASADA, il bonus è riservato in via prioritaria alle casalinghe, ossia alle donne che svolgono attività prestate nell'ambito domestico a titolo gratuito e non come attività lavorativa subordinata. Il subordinato è eh, rivolto anche agli uomini che si trovano nelle condizioni di casalinghi. Home, wife, housewife, ja, house, husband. Ricorda, cam, friggi, cardene, coi contratto di cammane i cardi. Tipologia di corsi. Giro i corsi, sì, Carse I corsi finanziati con il bonus casalinga riguardano soprattutto il settore digitale. Pertanto comprende vari tipologie di attività formative e funzionali all'inserimento lavorativo e alle valorizzazione dell'attività della di cura. Ma il digital corsi, sì, Carse Adeo, sì. ਉਹ ਕਿਹੜੇ-ਕਿਹੜੇ ਕੋਰਸ ਕਰ ਸਕਦੇ ਹੋ ਇਹ ਮੈਨੂੰ ਆਪ ਨਹੀਂ ਪਤਾ ਚਲੋ ਇੰਨਾ ਕਿਸੇ ਦਾ ਜੀ ਬਾਕੀ ਆਸ ਕਰਦਾ ਕਿ ਤੁਹਾਨੂੰ ਜਿਹੜੀ ਮੇਰੀ ਵੀਡੀਓ ਆ ਇਹ ਪਸੰਦ ਆਈ ਹੋਊਗੀ ਇਹ ਮੈਨੂੰ ਬਹੁਤ ਡਿਮਾਂਡ ਆਈ ਸੀਗੇ ਵੀਰੇ ਜਿਹੜੇ ਇਹ ਬੋਨਸ ਨੇ ਇਹਨਾਂ ਤੇ ਤੁਸੀਂ ਚਾਨਣ ਪਾਓਗੇ ਹੀ ਚਾਨਣਾ ਪਾਓਗੇ ਦੱਸੋ ਸਾਨੂੰ ਕਿ ਕੀ ਹੈਗੇ ਨੇ ਇਹਦੇ ਪੈਸੇ ਮਿਲਣੇ ਆ ਕਿ ਨਹੀਂ ਮਿਲਣੇ ਆਗੇ ਸੋ ਜਿਹੜੀ ਤੁਸੀਂ ਟਿਕਟੌਕ ਤੇ ਵੀਡੀਓ ਦੇਖਦੇ ਹੁੰਦੇ ਹੋ ਜਾਂ ਯੂਟਿਊਬ ਤੇ ਵੀਡੀਓ ਦੇਖਦੇ ਹੁੰਦੇ ਹੋ ਹਰ ਵੀਡੀਓ ਤੇ ਵਿਸ਼ਵਾਸ ਨਾ ਕਰਿਆ ਕਰੋ ਪਹਿਲੇ ਤੁਸੀਂ ਆਪ ਸਾਰਿਆਂ ਨੂੰ ਇੰਟਰਨੈਟ ਚਲਾਉਣਾ ਆਉਂਦਾ ਹੈ ਜੀ Google Translator ਚਲਾਉਣਾ ਆਉਂਦਾ ਹੈ ਜੀ ਨਿਊਜ਼ ਖੋਲੋ ਕਾਪੀ ਕਰੋ ਮੇਰੇ ਵਾਂਗੂ ਦੇਖੋ ਇਧਰ ਮੈਂ ਕਾਪੀ ਕਰਦਾ ਇਹਨੂੰ ਠੀਕ ਹੈ ਜੀ ਕਾਪੀ ਕਰੋ ਤੇ Google Translate ਤੇ ਟ੍ਰਾਂਸਲੇਟ ਕਰੋ ਇਸ ਲਈ ਉਹਨਾਂ ਕੋਲ ਇਹ ਚੁਣਨ ਦਾ ਮੌਕਾ ਹੈ ਕਿ ਸਿਖਲਾਈ ਦੇ ਕਿਹੜੇ ਰਿਸਤੇ ਵਿੱਚ ਸ਼ਾਮਲ ਹੋਣਾ ਹੈ ਤੁਹਾਡੇ ਸਾਹਮਣੇ ਹੈ ਧੁੰਕਿਆ ਨੂੰ riportare di scegliere quale percorso formativo frequentare ਠੀਕ ਹੈ ਇਦਾਂ ਤੁਹਾਡੇ ਸਾਹਮਣੇ ਟ੍ਰਾਂਸਲਟ ਹੋ ਜਾਂਦੀ ਹੈ ਆਪ ਤੁਸੀਂ ਪੜੋ ਫਿਰ ਉਸ ਗੱਲ ਤੇ ਯਕੀਨ ਕਰੋ ਨਾ ਕਿ ਜਿਹੜੀ ਵੀਡੀਓ ਪੈਂਦੀ ਆ ਹੁਣ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਕੋਈ ਮਾੜਾ ਹੈ ਵਾ ਕੋਈ ਨਹੀਂ ਵੀ ਹੈਗਾ ਸਾਰੇ ਆਪਣੇ ਆਪਣੇ ਲੱਗੇ ਹੋਏ ਨੇ ਕੰਮ ਕਰਨ ਤੇ ਕਿਸੇ ਨੂੰ ਮਾੜਾ ਨਾ ਹੀ ਕਹੀਏ ਤਾਂ ਚੰਗਾ ਆ ਬਸ ਇਹੀ ਬੇਨਤੀ ਕਰਦਾ ਸਾਰਿਆਂ ਕੇ ਜਿਹੜੇ ਵੀਡੀਓ ਪਾਉਂਦੇ ਨੇ ਕਿ ਗਲਤ ਨਿਊਜ਼ ਨਾ ਫੈਲਾਓ ਠੀਕ ਹੈ ਜੀ ਜੇ ਨਹੀਂ ਪਤਾ ਤਾਂ ਨਾ ਵੀਡੀਓ ਪਾਓ ਕਿਉਂਕਿ ਇਦਾਂ ਦੁਨੀਆ ਗੁੰਗਰਾਹ ਹੁੰਦੀ ਆ ਮੈਂ ਬਸ ਇਹੀ ਕਹਿਣਾ ਸੀਗਾ ਸੋ ਆਸ ਕਰਦਾ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਜੇ ਪਸੰਦ ਆਈ ਹੈ ਤਾਂ ਕਮੈਂਟਾਂ ਵਿੱਚ ਪਲੀਜ਼ ਜ਼ਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਵੀਡੀਓ ਸ਼ੇਅਰ ਜੇ ਕਰਨਾ ਚਾਹੁੰਦੇ ਤਾਂ ਜਰੂਰ ਕਰਿਓ ਜੇ ਤੁਹਾਨੂੰ ਲੱਗਦਾ ਕਿ ਹਾਂਜੀ ਇਹ ਸ਼ੇਅਰ ਕਰਨ ਵਾਲੀ ਵੀਡੀਓ ਹੈਗੀ ਆ ਤਾਂ ਸ਼ੇਅਰ ਜਰੂਰ ਕਰਿਓ ਜੀ ਮਿਲਦੇ ਆਂ ਜੀ ਅਗਲੇ ਐਪੀਸੋਡ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ